ਅਸਲਾਮੁ ਅਲੈਕੁਮ। ਹਾਂਜੀ ਬਾਈ ਜੀ, ਕੀ ਹਾਲ ਚਾਲ ਆ? ਸਭ ਤੇ ਉਮੀਦ ਕਰਦਾ ਸਭ ਠੀਕ ਹੋਣਗੇ, ਵਧੀਆ ਹੋਣਗੇ। ਬਾਈ ਜੀ, ਅੱਜ ਹੈ 4 ਨਵੰਬਰ 2023। ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਬਜ਼ੀਆਂ ਦੇ ਰੇਟ ਅਤੇ ਆਲੂ ਪਿਆਜ਼ ਦੇ ਰੇਟ। ਵੀਡੀਓ ਦੇਖੋ ਤਾਂ ਲਾਈਕ ਸਬਸਕ੍ਰਾਈਬ ਲਾਜ਼ਮੀ ਕਰੋ। ਬਾਈ ਜੀ, ਮਿਰਚਾਂ ਛਾਪਰ ਦੇ ਰਹੇ ਆ ਜੀ 360 ਰੁਪਏ ਕਿਲੋ, ਮਿਰਚ ਬਰੀਕ ਮਾਸ਼ਾਅੱਲਾ ਸੋਹਣੀ। ਇਹਦੇ ਨਾਲ ਮੂੰਗਰੇ, ਕਿਆ ਹੀ ਬਾਤ ਹੈ ਜੀ, ਨਵੀਂ ਸਬਜ਼ੀ ਖਾਓ ਮੂੰਗਰੇ, 900 ਦੀ ਤੜੀ, 180 ਰੁਪਏ ਕਿਲੋ। ਨਾਲ ਆਲੂ ਆ ਜੀ, ਆਲੂਆਂ ਦੀ ਤੜੀ ਦੇ ਰਹੇ ਆ ਜੀ 350 ਦੇ 5 ਕਿਲੋ। ਪਿਆਜ਼ਾਂ ਦੀ ਤਾਂ ਕਿਆ ਹੀ ਬਾਤ ਹੈ ਜੀ, ਸਸਤਾ ਹੋ ਗਿਆ, 650 ਦਾ 5 ਕਿਲੋ ਹੋ ਗਿਆ। ਟੀਂਡੀਆਂ ਆ ਗਈਆਂ ਜੀ ਮੰਡੀ 'ਚ, ਅੱਜ ਟੀਂਡੀਆਂ ਦੇ ਰਹੇ ਆ ਜੀ 550 ਦਾ 5 ਕਿਲੋ, 110 ਰੁਪਏ ਕਿਲੋ। ਨਾਲ ਗਾਜਰਾਂ ਦੀ ਤੜੀ ਦੇ ਰਹੇ ਆ ਜੀ 250 ਦੀ, 50 ਰੁਪਏ ਕਿਲੋ। ਸੋਹਣੀ ਗਾਜਰ ਆ ਜੀ, ਲਾਲ ਸੋਹਣੀ, ਜੂਸ ਕੱਢ ਕੱਢ ਪੀਓ। ਇਹਦੇ ਨਾਲ ਆਈ ਪਈ ਮੂਲੀ, ਮੂਲੀ ਦਾ ਗੁੱਟਾ ਦੇ ਰਿਹਾ ਜੀ 300 ਦਾ, ਇਹ ਵੀ ਸਸਤੀਆਂ ਹੋ ਗਈਆਂ। ਐਸ਼ ਕਰਾਤੀ ਹੈ ਜੀ ਆਵਾਮ ਨੂੰ। ਚਲੋ ਜੀ, ਧਨੀਆ ਅੱਜ ਹੈਗਾ ਜੀ 120 ਰੁਪਏ ਕਿਲੋ, ਮੁਕਾਮੀ ਧਨੀਆ ਸੋਹਣਾ ਜੀ। ਖੈਰ ਰੱਖਿਆ, ਨਾਲ ਆਈਆਂ ਪਈਆਂ ਟੀਂਡੀਆਂ।